ਲੋਕਾਂ ਕੋਲ ਹੋਲਮਾਰਕ ਤੋਂ ਬਿਨਾਂ ਵਾਲੀ ਜਵੈਲਰੀ ਪਈ ਹੈ, ਹੁਣ ਗਵਰਨਮੈਂਟ ਦੇ ਆਰਡਰਸ ਤੋਂ ਬਾਅਦ ਉਹਨਾਂ ਦੀ ਜਵੈਲਰੀ ਦਾ ਕੀ ਹੋਏਗਾ? ਪਰ ਕਦੋਂ ਪੈਂਦਾ ਕਿ ਜਦੋਂ ਤੁਸੀਂ ਸਮਾਨ ਜਿਹੜਾ ਹੋਲਮਾਰਕ ਨਹੀਂ ਹੁੰਦਾ, ਹੋਲਮਾਰਕਿੰਗ ਦੀ ਕੁਝ ਬਹੁਤ ਜ਼ਿਆਦਾ ਚਾਰਜਸ ਨਹੀਂ ਹੁੰਦੇ। ਹਰ ਟਾਈਪ ਦੀ ਜੋ ਸੋਨੇ ਦੀ ਜਵੈਲਰੀ ਹੈ ਜਾਂ ਡਾਇਮੰਡ ਦੀ ਜਵੈਲਰੀ, ਉਹਨੂੰ ਹੋਲਮਾਰਕ ਕਰਾਉਣਾ ਹੀ ਪਏਗਾ। ਸਾਡੀ ਜਵੈਲਰੀ ਲਈ ਹੈ, ਤੁਸੀਂ ਅਗਰ 23 ਕੈਰਟ ਕਹੀ ਸੀ ਜਾਂ ਤੁਸੀਂ 22 ਕੈਰਟ ਕਹੀ ਸੀ, ਉਹ ਜਾ ਕੇ ਉਹਨਾਂ ਨੂੰ ਕਹਿ ਸਕਦੇ ਸਾਨੂੰ ਪਲੀਜ਼ ਹੋਲਮਾਰਕਿੰਗ ਕਰਾ ਕੇ ਦਿਓ। ਅਗਰ ਉਹਨਾਂ ਨਾਲ ਪਹਿਲਾਂ ਧੋਖਾਧੜੀ ਹੋਈ ਹੈ, ਉਸ ਚੀਜ਼ ਨੂੰ ਬਹੁਤ ਬੈਨੀਫਿਟ ਮਿਲੇਗਾ, ਕਿਉਂਕਿ ਉਹ ਹੋਲਮਾਰਕਿੰਗ ਹੋਏਗੀ ਨਹੀਂ ਅਗਰ ਗਲਤ ਹੋਏਗੀ ਜਵੈਲਰੀ। ਸਮਾਨ ਜਿਹੜਾ ਬਿਨਾਂ ਹੋਲਮਾਰਕ ਤੋਂ ਮਿਲੇਗਾ, ਉਹਦੇ 'ਤੇ BIC ਵੱਲੋਂ ਪ੍ਰੋਪਰ ਰੇਡ ਹੋਣਗੇ ਔਰ ਉਹਦੇ 'ਤੇ ਪੈਨਲਟੀ ਦੇ ਪ੍ਰਾਵਧਾਨ ਹੈਗੇ। ਬੀਤੇ ਦਿਨੀ ਸਰਕਾਰ ਵੱਲੋਂ ਆਰਡਰ ਪਾਸ ਕੀਤੇ ਗਏ ਨੇ ਕਿ ਹੁਣ ਬਿਨਾਂ ਹੋਲਮਾਰਕ ਦੀ ਜਵੈਲਰੀ ਜੋ ਹੈ ਨਾ ਤਾਂ ਲੋਕ ਵੇਚ ਪਾਉਣਗੇ ਅਤੇ ਨਾ ਹੀ ਜਵੈਲਰ ਖਰੀਦ ਪਾਉਣਗੇ। ਸੋ ਸਾਡੇ ਨਾਲ ਮੌਜੂਦ ਨੇ ਇਸ ਦੇ ਉੱਤੇ ਡਿਟੇਲ ਦੇ ਵਿੱਚ ਗੱਲਬਾਤ ਕਰਨ ਲਈ ਰਾਕੇਸ਼ VR Gold ਤੋਂ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਡਮ। ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਪੁੱਛਣਾ ਪਾਵਾਂਗੇ, ਜਿਨ੍ਹਾਂ ਕੋਲ ਲੋਕਾਂ ਕੋਲ ਹੋਲਮਾਰਕ ਤੋਂ ਬਿਨਾਂ ਵਾਲੀ ਜਵੈਲਰੀ ਪਈ ਹੈ, ਹੁਣ ਗਵਰਨਮੈਂਟ ਦੇ ਆਰਡਰਸ ਤੋਂ ਬਾਅਦ ਉਹਨਾਂ ਦੀ ਜਵੈਲਰੀ ਦਾ ਕੀ ਹੋਏਗਾ? ਜਿਹੜੀ ਉਹਨਾਂ ਕੋਲ ਜਵੈਲਰੀ ਪਈ ਹੈ, ਕੁਛ ਵੀ ਨਹੀਂ ਹੈ, ਜਿੱਦਾਂ ਆਲਰੇਡੀ ਪਹਿਲਾਂ ਲਿੱਤੀ ਗਈ ਹੈ, ਤੁਸੀਂ ਕਿਸੇ ਵੀ ਜਵੈਲਰ ਕੋਲ ਜਾ ਕੇ ਸੇਲ ਕਰ ਸਕਦੇ ਹੋ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਏਗੀ। ਔਰ ਇਹ ਸਿਰਫ ਹਿਊਮਰ ਹੈ ਕਿ ਤੁਹਾਡੇ ਕੋਲ ਜਿਹੜੀ ਜਵੈਲਰੀ ਪਈ ਹੋਈ ਹੈ ਉਹਦੇ 'ਚ ਕੋਈ ਪ੍ਰੋਬਲਮ ਆਏਗੀ, ਦੁਬਾਰਾ ਸੇਲ ਨਹੀਂ ਹੋ ਸਕਦੀ, ਐਸਾ ਕੁਛ ਨਹੀਂ ਹੈ। ਜੋ ਉਹਦੀ ਐਕਚੁਅਲ ਵੈਲਿਊ ਹੈ, ਜਦੋਂ ਮਰਜ਼ੀ ਤੁਸੀਂ ਉਹਨੂੰ ਸੇਲ ਕਰ ਸਕਦੇ ਹੋ। ਜੀ ਸਰ, ਜਿਵੇਂ ਕਿ ਕਿਹਾ ਜਾ ਰਿਹਾ ਕਿ ਕੁਝ ਪਰਟੀਕੂਲਰ ਸਮੇਂ ਦੇ ਵਿੱਚ ਹੀ ਹੁਣ ਉਹ ਸੇਲ ਕਰ ਸਕਦੇ ਨੇ ਹੋਲਮਾਰਕ ਦੀ ਬਿਨਾਂ ਵਾਲੀ ਜਵੈਲਰੀ, ਸੋ ਉਹਦੇ ਰੇਟਸ ਦੇ ਵਿੱਚ ਵੀ ਫਰਕ ਆਏਗਾ ਅਗਰ ਕਿਸੇ ਕੋਲ ਹੋਲਮਾਰਕ ਤੋਂ ਬਿਨਾਂ ਵਾਲੀ ਜਵੈਲਰੀ ਪਈ ਹੈ? ਹਾਂ ਹਾਂ, ਉਹ ਪਹਿਲਾਂ ਵੀ ਇੱਦਾਂ ਹੀ ਸੀਗਾ, ਹੋਲਮਾਰਕ ਤੋਂ ਬਿਨਾਂ ਜਿਹੜੀ ਜਵੈਲਰੀ ਸੀ ਉਸੇ ਹਿਸਾਬ ਨਾਲ ਹੀ ਸੇਲ ਹੁੰਦੀ ਸੀਗੀ। ਹੋਲਮਾਰਕ ਸਮਝ ਲਿੱਤੇ ਦਾ ਲਾਇਸੈਂਸ ਸ਼ੁਦਾ ਜਿਹੜੇ ਆਪਣੇ ਜਵੈਲਰ ਨੇ ਉਹਨਾਂ ਥਰੂ ਜਵੈਲਰੀ ਨੂੰ BIC ਹੋਲਮਾਰਕ ਸੈਂਟਰਸ ਤੋਂ ਉੱਥੋਂ ਹੋਲਮਾਰਕ ਕਰਵਾਇਆ ਜਾਂਦਾ, ਉਸ ਚੀਜ਼ ਦਾ ਬੈਨੀਫਿਟ ਹੈ ਔਰ ਐਂਡ ਜਿਹੜਾ ਯੂਜ਼ਰ ਹੈ ਜਾਂ ਕਸਟਮਰ ਹੈ ਉਹਨੂੰ ਬੈਨੀਫਿਟ ਹੈ ਇਸ ਚੀਜ਼ ਦੇ ਵਿੱਚ। ਜੀ ਸਰ, ਇਸਦਾ ਸਭ ਤੋਂ ਇੰਪੋਰਟੈਂਟ ਜੇ ਗੱਲ ਕਰੀਏ, ਗਵਰਨਮੈਂਟ ਨੂੰ ਇਹ ਡਿਸੀਜਨ ਲੈਣਾ ਪਿਆ, ਇਸਦਾ ਕੀ ਕਾਰਨ ਹੋ ਸਕਦਾ? ਸਭ ਤੋਂ ਵੱਡਾ ਰੀਜ਼ਨ ਇਹੀ ਹੈ ਕਿ ਪਹਿਲਾਂ ਜਿੰਨੇ ਵੀ ਜਵੈਲਰ ਸੀਗੇ ਜਿਹੜੇ ਵਿਚਕਾਰ ਛੋਟੇ ਮੋਟੇ ਜਵੈਲਰਸ ਨੇ ਜਾਂ ਜੋ ਡਿਫਾਲਟਰ ਜਵੈਲਰ ਸੀ, ਉਹਨਾਂ ਰਿਫਾਈਨ ਹੋ ਜਾਣਗੇ ਔਰ ਇੱਕ ਸਟੈਂਡਰਡ ਨਾਲ ਜਿਹੜਾ ਜਵੈਲਰੀ ਹੈ ਉਹਦਾ ਬਿਜ਼ਨਸ ਹੋਰ ਵਧੀਆ ਔਰ ਗਰੋਥ ਕਰੇਗਾ। ਜੀ ਸਰ, ਹੋਲਮਾਰਕ ਤੋਂ ਬਿਨਾਂ ਵਾਲੀ ਜਿਹੜੀ ਜਵੈਲਰੀ ਹੁੰਦੀ ਹੈ ਉਹਦੇ ਵਿੱਚ ਕੁਛ ਕਿਹਾ ਜਾ ਸਕਦਾ ਕਿ ਕੁਝ ਮਿਕਸਿੰਗ ਹੁੰਦੀ ਹੈ ਜਿਹਦੇ ਕਰਕੇ ਹੋਲਮਾਰਕ ਜੋ ਹੈ ਗਵਰਨਮੈਂਟ ਨੇ ਜ਼ਰੂਰੀ ਕੀਤਾ? ਬਿਲਕੁਲ ਬਿਲਕੁਲ, ਮਿਕਸਿੰਗ ਹੁੰਦੀ ਹੈ ਜੋ ਸਟੈਂਡਰਡਸ ਨੇ, ਜਿੱਦਾਂ ਹੋਲਮਾਰਕ ਦੇ ਜੇ ਅਗਰ ਬਾਈਕ ਰੇਟ ਦੀ ਗੱਲ ਕਰੀਏ ਤਾਂ ਨੋਰਮਲੀ ਮੇਰੇ ਕੋਲ ਤੱਕ ਜਿੰਨੇ ਵੀ ਰਿਟੇਲ ਕਸਟਮਰ ਆਉਂਦੇ ਨੇ ਉਹਨਾਂ ਕੋਲ ਬਾਈਕ ਰੇਟ ਜਵੈਲਰੀ ਹੀ ਨਹੀਂ ਮਿਲ ਪਾਉਂਦੀ। ਓਕੇ, ਜਿੰਨੀ ਵੀ ਬਾਈਕ ਰੇਟ ਜਾਂ 23 ਕੈਰਟ ਦੀ ਸਟੈਂਪ ਲਗਾ ਕੇ ਆਉਂਦੀ ਰਹੀ ਸਾਡੇ ਕੋਲ ਜਵੈਲਰੀ, ਲੇਕਿਨ ਉਹ BIC ਦੇ ਅੰਡਰ ਜਿਹੜਾ ਹੋਲਮਾਰਕਿੰਗ ਹੈ ਉਹ ਹੋਲਮਾਰਕ ਨਹੀਂ ਹੋ ਕੇ ਆਉਂਦੀ, ਉਹਨਾਂ ਦੀ ਕੁਆਲਿਟੀ ਕਾਫੀ ਡਾਊਨ ਹੁੰਦੀ ਹੈ। ਕਈ ਵਾਰੀ ਇੱਦਾਂ ਹੁੰਦਾ ਕਿ ਬਾਈਕ ਦੀ ਸਟੈਂਪ ਲੱਗੀ ਹੋਈ ਹੈ, 20 ਕੈਰਟ ਦਾ ਸਮਾਨ ਹੈ, ਕੁਛ ਅਜਿਹਾ ਸਮਾਨ ਹੈ, ਉਸ ਚੀਜ਼ ਪ੍ਰੋਬਲਮ ਆਉਂਦੀ ਹੀ ਕਸਟਮਰ ਨੂੰ, ਉਹਨਾਂ ਨੂੰ ਵੈਲਿਊਸ਼ਨ ਉਸ ਹਿਸਾਬ ਨਾਲ ਮਿਲ ਨਹੀਂ ਪਾਉਂਦੀ ਹੈ ਜਵੈਲਰਸ ਨੂੰ, ਰਿਟੇਲ ਕਸਟਮਰ ਨੂੰ। ਜੀ ਸਰ, ਕਿਹੜੇ ਕਿਹੜੇ ਕੈਰਟ ਦੇ ਗੋਲਡ ਦੇ ਉੱਤੇ ਗੱਲ ਕਰੀਏ ਜੋ ਹੋਲਮਾਰਕ ਜੋ ਹੈ ਜ਼ਰੂਰੀ ਕੀਤਾ ਗਿਆ ਸਰਕਾਰ ਵੱਲੋਂ? ਫਿਲਹਾਲ ਪਹਿਲਾਂ ਸਿਰਫ ਬਾਈਕ ਕੈਰਟ 'ਤੇ ਹੀ, ਬਾਈਕ ਕੈਰਟ 18 ਔਰ 14 ਕੈਰਟ ਹੀ ਹੋਲਮਾਰਕਿੰਗ ਵਾਸਤੇ ਸੀਗੇ, ਹੁਣ ਜਿਹੜੇ ਹੈਗੇ ਨੇ ਗੌਰਮੈਂਟ ਇੱਕ ਬਹੁਤ ਅੱਛੀ ਰਿਲੈਕਸੇਸ਼ਨ ਦਿੱਤੀ ਹੈ ਕਿ ਤੁਸੀਂ 14, 18 ਕੈਰਟ, 22 ਕੈਰਟ, 20 ਕੈਰਟ, 23 ਕੈਰਟ ਔਰ 24 ਕੈਰਟ ਨੂੰ ਵੀ ਹੋਲਮਾਰਕ ਲਈ ਉਹਨਾਂ ਨੇ ਪ੍ਰਪੋਜ਼ ਕਰਤਾ ਹੈ। ਜੀ ਸਰ, ਇਸ ਦੇ ਨਾਲ 24 ਕੈਰਟ ਦਾ ਜੋ ਗੋਲਡ ਪਿਓਰ ਗੋਲਡ ਮੰਨਿਆ ਜਾਂਦਾ, ਇਸ ਦੇ ਨਾਲ ਰੇਟਸ ਦੇ ਵਿੱਚ ਵੀ ਕੁਝ ਫਰਕ ਪਏਗਾ ਹੋਲਮਾਰਕਿੰਗ ਨਾਲ? ਨਹੀਂ ਨਹੀਂ ਨਹੀਂ, ਇਹ ਬਹੁਤ ਵੱਡੀ ਸਮਝ ਲਓ ਕਿ ਇੱਕ ਅਫਵਾਹ ਹੈ ਕਿ ਕਦੇ ਵੀ ਹੋਲਮਾਰਕਿੰਗ ਵਾਸਤੇ ਤੁਸੀਂ ਅਗਰ ਕਹੋ ਕਿ ਜਵੈਲਰੀ ਦੇ ਵਿੱਚ ਰੇਟ ਦਾ ਫਰਕ ਪੈ ਜਾਓ, ਨਹੀਂ ਪੈਂਦਾ ਕਦੇ ਵੀ। ਫਰਕ ਕਦੋਂ ਪੈਂਦਾ ਕਿ ਜਦੋਂ ਤੁਸੀਂ ਸਮਾਨ ਜਿਹੜਾ ਹੋਲਮਾਰਕ ਨਹੀਂ ਹੁੰਦਾ, ਹੋਲਮਾਰਕਿੰਗ ਦੀ ਕੁਝ ਬਹੁਤ ਜ਼ਿਆਦਾ ਚਾਰਜਸ ਨਹੀਂ ਹੁੰਦੇ, ਇੱਕ ਸਮਝ ਲਓ ਕਿ ਕੋਈ ਅਗਰ ਜਵੈਲਰੀ ਬਣਾਈ ਉਹ ਸਟੈਂਡਰਡ ਦੀ ਹੁੰਦੀ ਹੈ ਔਰ BIC ਸਿਰਫ ਉਹਨੂੰ ਆਥੋਰਾਈਜ਼ ਕਰਦਾ ਕਿ ਹਾਂ ਇਹ ਜਵੈਲਰੀ ਜੋ ਹੈ ਸੇਮ ਕੁਆਲਿਟੀ ਦੀ ਹੈ, ਉਸ ਤੋਂ ਇਲਾਵਾ ਰੇਟ ਵਿੱਚ ਕੋਈ ਫਰਕ ਨਹੀਂ ਪੈਂਦਾ ਕਦੇ ਵੀ। ਜੀ ਸਰ, ਜੋ ਰਿਟੇਲਰਸ ਨੇ ਸਭ ਤੋਂ ਜ਼ਿਆਦਾ ਕੀ ਮੰਨਦੇ ਹੋ ਕਿ ਗਵਰਨਮੈਂਟ ਦੇ ਇਸ ਫੈਸਲੇ ਨਾਲ ਉਹਨਾਂ ਨੂੰ ਫਰਕ ਪਏਗਾ, ਉਹਨਾਂ ਨੂੰ ਫਾਇਦਾ ਹੋਏਗਾ ਇਸ ਚੀਜ਼ ਦੇ ਨਾਲ? ਬਿਲਕੁਲ ਬਿਲਕੁਲ ਜੀ, ਬਹੁਤ ਜ਼ਿਆਦਾ ਫਾਇਦਾ ਪਏਗਾ, ਫਾਇਦਾ ਹੋਏਗਾ ਇਹਦੇ ਨਾਲ ਆਪਣੇ ਜਿੰਨੇ ਵੀ ਜਵੈਲਰਸ ਨੇ, ਖਾਸ ਕਰਕੇ ਉਹ ਵਾਲੇ ਜਵੈਲਰ ਜੋ ਬਹੁਤ ਅੱਛਾ ਕੰਮ ਕਰਨਾ ਚਾਹੁੰਦੇ ਨੇ ਔਰ ਅੱਛਾ ਕੰਮ ਕਰਨ ਦੇ ਬਾਵਜੂਦ ਵੀ ਘੱਟ ਰੇਟ 'ਤੇ ਜਿਹੜੇ ਬਿਨਾਂ ਹੋਲਮਾਰਕ ਤੋਂ ਸਮਾਨ ਵੇਚ ਰਹੇ ਸੀ ਜਵੈਲਰਸ, ਉਹਨਾਂ ਦੇ ਅੱਗੇ ਕੰਪੀਟ ਨਹੀਂ ਕਰ ਪਾ ਰਹੇ ਸੀਗੇ, ਹੁਣ ਬਿਲਕੁਲ ਕੰਪੀਟ ਕਰ ਪਾਉਣਗੇ। ਮੈਂ ਇਸ ਜਿਹੜਾ ਫੈਸਲਾ ਲਿਆ ਸਰਕਾਰ ਨੇ ਇਹਦਾ ਮੈਂ ਵੈਲਕਮ ਕਰਦਾ, ਬਹੁਤ ਜ਼ਰੂਰੀ ਸੀਗਾ ਫਾਇਦਾ ਆਪਣਾ ਰੂਲ ਲਿਆਉਣ ਲਈ। ਸਰ, ਜੇ ਗੱਲ ਕਰੀਏ ਜੋ ਗੋਲਡ ਦੇ ਉੱਤੇ ਸਰਕਾਰ ਨੇ ਕਿਹਾ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਛੂਟ ਵੀ ਦਿੱਤੀ ਹੈ ਕਿਸੇ ਗੋਲਡ ਦੇ ਜਵੈਲਰੀ ਦੇ ਉੱਤੇ? ਹਾਂਜੀ ਹਾਂਜੀ ਮੈਡਮ, ਬਿਲਕੁਲ ਛੂਟ ਮਿਲੀ ਹੈ ਇਹਦੇ 'ਚ। ਇਹਦੇ 'ਚ ਜਿਹੜੇ ਛੋਟੇ ਵਪਾਰੀ ਨੇ ਜਿਨ੍ਹਾਂ ਦੀ ਟਰਨਓਵਰ 40 ਲੱਖ ਤੋਂ ਨੀਚੇ ਹੈ ਸਾਲਾਨਾ, ਉਹਨਾਂ ਨੂੰ ਛੂਟ ਦਿੱਤੀ ਗਈ ਹੈ ਕਿ ਉਹਨਾਂ ਨੂੰ ਹੋਲਮਾਰਕ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ। ਇੱਕ ਦੂਸਰੀ ਉਹਨਾਂ ਨੇ ਇੱਕ ਛੂਟ ਜਿਹੜੀ ਦਿੱਤੀ ਹੈ ਗੌਰਮੈਂਟ ਨੇ ਫਰੈਡ ਨਾਲ ਗੱਲ ਕਰਕੇ ਕਿ 1 ਸਪਤੰਬਰ ਤੱਕ ਤੁਹਾਡੇ ਕੋਈ ਵੀ ਜਿਹੜੀ ਬਿਨਾਂ ਹੋਲਮਾਰਕ ਤੋਂ ਜਵੈਲਰੀ ਉਹਨੂੰ ਸੇਲ ਕਰ ਸਕਦੇ ਹੋ ਜਾਂ ਉਦੋਂ ਤੱਕ ਉਹਨੂੰ ਹੋਲਮਾਰਕ ਕਰਾ ਸਕਦੇ ਹੋ। ਜੀ, ਅਗਰ ਉਸ ਤੋਂ ਬਾਅਦ ਅਗਰ ਸਮਾਨ
ਔਰ ਉਹਨਾਂ ਦੀ ਪੈਨਲਟੀ ਦੇ ਪ੍ਰਾਵਧਾਨ ਹੈਗੇ ਨੇ ਜੀ ਸਰ ਜਵੈਲਰੀ ਜੋ ਹੈ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕੁੰਦਨ ਜਵੈਲਰੀ ਵੀ ਹੁੰਦੀ ਹੈ ਸੋ ਕਿਹੜੀ ਕਿਹੜੀ ਜਵੈਲਰੀ ਦੇ ਉੱਤੇ ਜੋ ਹੈ ਹੋਲਮਾਰਕ ਜ਼ਰੂਰੀ ਕੀਤਾ ਗਿਆ ਹਰ ਟਾਈਪ ਦੀ ਜੋ ਸੋਨੇ ਦੀ ਜਵੈਲਰੀ ਹੈ ਜਾਂ ਡਾਇਮੰਡ ਦੀ ਜਵੈਲਰੀ ਉਹਨੂੰ ਹੋਲਮਾਰਕ ਕਰਾਉਣਾ ਹੀ ਪਏਗਾ ਸਿਰਫ ਦੋ ਟਾਈਪ ਦੇ ਜੋ ਜਵੈਲਰੀ ਨੇ ਜਿਨ੍ਹਾਂ 'ਚ ਬਹੁਤ ਕੁਛ ਮਿਕਸਿੰਗ ਨਾਲ ਕਰਨਾ ਪੈਂਦਾ ਜਿੱਦਾਂ ਬਹੁਤ ਟਿਪੀਕਲ ਟਾਈਪ ਦੇ ਕੰਮ ਨੇ ਟ੍ਰੈਡੀਸ਼ਨਲ ਟਾਈਪ ਦੇ ਜਿਹੜੇ ਕੰਮ ਨੇ ਉਹਦੇ 'ਚ ਐਂਟੀਕ ਜਵੈਲਰੀ ਜਿਹਨੂੰ ਕੁੰਦਨ ਜਵੈਲਰੀ ਕਿਹਾ ਜਾਂਦਾ ਔਰ ਇੱਕ ਆਪਣੀ ਦੂਸਰੀ ਆ ਗਈ ਹੈ ਜੀ ਪੋਲਕੀ ਪੋਲਕੀ ਵਾਲਾ ਜਿਹੜਾ ਕੰਮ ਹੈ ਉਹਨਾਂ ਨੂੰ ਛੂਟ ਦਿੱਤੀ ਗਈ ਹੈ ਸਰਕਾਰ ਵੱਲੋਂ ਜੀ ਸਰ ਕਿੰਨੇ ਸਮੇਂ ਦੀ ਜੋ ਹੈ ਮੌਲਤ ਦਿੱਤੀ ਗਈ ਹੈ ਕਿ ਜੋ ਰਿਟੇਲਰਸ ਨੇ ਆਪਣਾ ਹੋਲਮਾਰਕ ਸਰਟੀਫਿਕੇਟ ਦੀ ਨਹੀਂ ਹੋਲਮਾਰਕ ਸਰਟੀਫਿਕੇਸ਼ਨ 'ਤੇ ਛੂਟ ਵਾਲਾ ਕੋਈ ਗੱਲ ਨਹੀਂ ਹੈ ਉਹਨਾਂ ਨੇ 1 ਸਪਟੰਬਰ ਤੱਕ ਛੂਟ ਦਿੱਤੀ ਗਈ ਹੈ ਆਪਣੀ ਜਵੈਲਰੀ ਨੂੰ ਕਰਾਉਣ ਵਾਸਤੇ ਅੱਛਾ ਇੱਕ ਸਰਕਾਰ ਨੇ ਬਹੁਤ ਅੱਛਾ ਕਦਮ ਚੁੱਕਿਆ ਕਿ ਰਜਿਸਟ੍ਰੇਸ਼ਨ ਫੀ ਇਹਨਾਂ ਨੇ ਜ਼ੀਰੋ ਕਰ ਦਿੱਤੀ ਹੈ ਕਿ ਤੁਸੀਂ ਤੁਹਾਨੂੰ ਆਪਣਾ ਜਿਹੜੇ ਰਿਟੇਲਰਸ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਫੀ ਪੇ ਨਹੀਂ ਕਰਨ ਦੀ ਲੋੜ ਪਏਗੀ ਨਾ ਹੀ ਉਹਨਾਂ ਨੂੰ ਰੀਨਿਊ ਕਰਾਉਣ ਦੀ ਲੋੜ ਪਏਗੀ ਇੱਕ ਵਾਰ ਰਜਿਸਟ੍ਰੇਸ਼ਨ ਜੋ ਹੋ ਗਈ ਉਹ ਖਤਮ ਹੈ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਮਤਲਬ ਬਹੁਤ ਸਾਰੀ ਉਹਨਾਂ ਜਿਹੜੇ ਕਮੀਆਂ ਜੋ ਮੁਸ਼ਕਿਲ ਸੀ ਉਹਨਾਂ ਨੇ ਦੂਰ ਕਰਤੀਆਂ ਨੇ ਇਹਦੇ 'ਚ ਸੋ ਬੇਸਿਕਲੀ ਇਹਦੇ ਨਾਲ ਕਸਟਮਰਸ ਦੇ ਉੱਤੇ ਕੋਈ ਫਰਕ ਨਹੀਂ ਪਏਗਾ ਇਹ ਸਿਰਫ ਰਿਟੇਲਰਸ ਲਈ ਜੋ ਜਵੈਲਰੀ ਸੇਲ ਕਰਦੇ ਨੇ ਉਹਨਾਂ ਦੇ ਉੱਤੇ ਇਹ ਗਵਰਨਮੈਂਟ ਵੱਲੋਂ ਇੱਕ ਆਰਡਰ ਪਾਸ ਹੋਇਆ ਬਿਲਕੁਲ ਬਿਲਕੁਲ ਮੈਡਮ ਇਹ ਕੀਤਾ ਗਿਆ ਕਿ ਸਰਕਾਰ ਨੇ ਲੇਕਿਨ ਇਹਦਾ ਐਂਡ ਯੂਜ਼ਰ ਨੂੰ ਬਹੁਤ ਬੈਨੀਫਿਟ ਹੋਏਗਾ ਸਾਰਾ ਜੋ ਕਾਨੂੰਨ ਆਇਆ ਉਹ ਰਿਟੇਲਰਸ ਔਰ ਨਵਾਂ ਇਹਨਾਂ ਨੇ ਇੱਕ ਐਡ ਕੀਤਾ ਹੈ ਮੈਨੂਫੈਕਚਰ ਵਿੱਚ ਐਡ ਕੀਤਾ ਲੇਕਿਨ ਇਹਦਾ ਸਭ ਤੋਂ ਜ਼ਿਆਦਾ ਬੈਨੀਫਿਟ ਜਿਹੜਾ ਆਉਣ ਵਾਲਾ ਉਹ ਸਿਰਫ ਰਿਟੇਲਰ ਔਰ ਐਂਡ ਯੂਜ਼ਰ ਜੋ ਕਸਟਮਰ ਹੈ ਨਾ ਉਹਨੂੰ ਮਿਲੇਗਾ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਗੌਰਮੈਂਟ ਦੀ ਇਸ ਨੀਤੀ ਦੇ ਨਾਲ ਜੀ ਸਰ ਲਾਸਟ ਦੇ ਵਿੱਚ ਇਹ ਪੁੱਛਣਾ ਚਾਹਾਂਗੇ ਜਿਨ੍ਹਾਂ ਕੋਲ ਹੋਲਮਾਰਕ ਦੀ ਜਵੈਲਰੀ ਨਹੀਂ ਹੈ ਜਿਨ੍ਹਾਂ 'ਤੇ ਹੋਲਮਾਰਕ ਨਹੀਂ ਲੱਗਿਆ ਉਹ ਹੁਣ ਆਪਣੀ ਜਵੈਲਰੀ 'ਤੇ ਹੋਲਮਾਰਕ ਲਗਵਾ ਸਕਦੇ ਨੇ ਆ ਕੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅਗਰ ਉਹਨਾਂ ਨੂੰ ਲੱਗਦਾ ਆਪਣੇ ਕਿਸੇ ਵੀ ਟ੍ਰੈਡੀਸ਼ਨਲ ਜੂਲਰ ਜਿਹਨਾਂ ਕੋਲ ਕੰਮ ਕਰ ਰਹੇ ਨੇ ਉਹਨਾਂ ਕੋਲ ਜਾ ਕੇ ਹੋਲਮਾਰਕਿੰਗ ਵਾਸਤੇ ਕਰ ਸਕਦੇ ਨੇ ਕਿ ਜਿਹੜੀ ਸਾਡੀ ਜੂਲਰੀ ਲਈ ਹੈ ਤੁਸੀਂ ਅਗਰ 23 ਕੈਰਟ ਕਹੀ ਸੀ ਜਾਂ ਤੁਸੀਂ 22 ਕੈਰਟ ਕਹੀ ਸੀ ਉਹ ਜਾ ਕੇ ਉਹਨਾਂ ਨੂੰ ਕਹਿ ਸਕਦੇ ਸਾਨੂੰ ਪਲੀਜ਼ ਹੋਲਮਾਰਕਿੰਗ ਕਰਾ ਕੇ ਦਿਓ ਅਗਰ ਉਹਨਾਂ ਨਾਲ ਪਹਿਲਾਂ ਧੋਖਾਧੜੀ ਹੋਈ ਹੈ ਉਸ ਚੀਜ਼ ਨੂੰ ਬਹੁਤ ਬੈਨੀਫਿਟ ਮਿਲੇਗਾ ਕਿਉਂਕਿ ਉਹ ਹੋਲਮਾਰਕਿੰਗ ਹੋਏਗੀ ਨਹੀਂ ਅਗਰ ਗਲਤ ਹੋਏਗਾ ਜੂਲਰੀ ਓਕੇ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਸੋ ਜਿਵੇਂ ਕਿ ਸਰ ਨੇ ਦੱਸਿਆ ਲੋਕਾਂ ਦੇ ਮਨ ਦੇ ਵਿੱਚ ਕਾਫੀ ਕਨਫਿਊਜ਼ਨ ਵੀ ਸੀ ਜਦੋਂ ਦੇ ਆਰਡਰਸ ਪਾਸ ਹੋਏ ਨੇ ਕਿ ਸਰਕਾਰ ਵੱਲੋਂ ਆਰਡਰਸ ਪਾਸ ਕਰ ਦਿੱਤੇ ਗਏ ਨੇ ਕਿ ਹੋਲਮਾਰਕ ਦੀ ਜਵੈਲਰੀ ਜੋ ਹੈ ਉਹੀ ਸਿਰਫ ਜੋ ਹੈ ਜ਼ਰੂਰੀ ਮੰਨੀ ਜਾਏਗੀ ਅਤੇ ਲੇਕਿਨ ਕਾਫੀ ਲੋਕਾਂ ਕੋਲ ਹੋਲਮਾਰਕ ਤੋਂ ਬਿਨਾਂ ਵਾਲੀ ਜਵੈਲਰੀ ਪਈ ਹੈ ਜਿਸ ਕਰਕੇ ਲੋਕਾਂ ਦੇ ਮਨ ਦੇ ਵਿੱਚ ਕਨਫਿਊਜ਼ਨ ਸੀ ਕਿਤੇ ਉਹਨਾਂ ਦੀ ਜਵੈਲਰੀ ਜੋ ਹੈ ਵੇਸਟ ਨਾ ਜਾਵੇ ਕਿਤੇ ਉਹਨਾਂ ਦੀ ਜਵੈਲਰੀ ਨਾ ਵਿਕੇ ਸੋ ਇਹ ਕਨਫਿਊਜ਼ਨ ਜੋ ਹੈ ਸਰ ਨੇ ਦੂਰ ਕੀਤੀ ਹੈ ਕਿ ਉਹਨਾਂ ਦੀ ਜਵੈਲਰੀ ਦੇ ਉੱਤੇ ਹੁਣ ਵੀ ਉਹ ਹੋਲਮਾਰਕ ਲਗਵਾ ਸਕਦੇ ਨੇ ਆਪਣੇ ਜਵੈਲਰ ਦੇ ਕੋਲ ਜਾ ਕੇ ਉਹਨਾਂ ਨੂੰ ਇਸ ਚੀਜ਼ ਦੀ ਕੋਈ ਦਿੱਕਤ ਨਹੀਂ ਆਏਗੀ ਅਗਰ ਉਹਨਾਂ ਦੀ ਜਵੈਲਰੀ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕਪਲਾ ਜੋ ਹੈ ਨਹੀਂ ਹੋਇਆ ਹੋਇਆ ਸੋ ਤੁਹਾਡੀ ਜਵੈਲਰੀ ਜੋ ਹੈ ਤੁਸੀਂ ਸੰਭਾਲ ਕੇ ਰੱਖੋ ਹੋਲਮਾਰਕ ਦੀ ਜਵੈਲਰੀ ਅਗਰ ਤੁਹਾਡੇ ਕੋਲ ਹੋਲਮਾਰਕ ਲੱਗਾ ਹੋਇਆ ਅਗਰ ਨਹੀਂ ਲੱਗਾ ਹੋਇਆ ਤਾਂ ਆਪਣੇ ਜਵੈਲਰ ਦੇ ਕੋਲ ਹੁਣੇ ਹੀ ਜਾਓ ਅਤੇ ਹੋਲਮਾਰਕ ਲਗਵਾ ਕੇ ਆਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰੀ ਕਰ ਦਿੱਤਾ ਗਿਆ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਸਾਕਸ਼ੀ ਸ਼ਰਮਾ ਦ ਸਮਨ ਨਿਊਜ਼ ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਅਤੇ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਨੂੰ ਅਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ।